ਅਸਲਾਮ ਵਾਲੇਕੁਮ ਦੋਸਤੋ, ਇਹ ਤੁਸੀਂ ਵੇਖ ਰਹੇ ਹੋ ਟਰੈਕਟਰ ਫਸਿਆ ਹੋਇਆ, ਗੰਨੇ ਦੀ ਭਰੀ ਹੋਈ ਟਰਾਲੀ ਹੈ ਅਤੇ ਪਰਲੀ ਸਾਈਡ ਹੈ ਨਾ ਜਿਹੜੀ ਟਰਾਲੀ ਦੀ, ਇਹ ਮਤਲਬ ਅਸੀਂ ਨਵੀਂ ਵਾਲੀ ਜਗ੍ਹਾ ਸੀ ਅਤੇ ਉਹ ਬਹਿ ਗਿਆ ਪਰਲਾ ਜੋੜਾ। ਹੁਣ ਵੇਖੋ ਦੂਸਰਾ ਟਰੈਕਟਰ ਆਇਆ, ਹੁਣ ਕੱਢ ਰਹੇ ਨੇ। ਕੋਈ ਫਰਕ ਨਹੀਂ ਪਿਆ, ਦੋਵਾਂ ਚੈੱਕ ਕਰੋ। ਬਈ ਵਾਹ ਬਈ ਵਾਹ, ਕਾਲੇ ਬੱਦਲ ਬਣਾਏ ਹੋਏ ਨੇ। ਹੁਣ ਪਿੱਛੇ ਲਾ ਹੋਏਗਾ ਦੇਖ, ਹੁਣ ਪਿੱਛੇ ਪਿੱਛੇ ਨੂੰ ਛਿੱਕਣਗੇ। ਜਿੰਦਾ ਖੋਖਰ ਜਿੰਦਾ, ਕਿਆ ਬਾਤ ਕਿਆ ਬਾਤ। ਐਮਟੀ ਸਾਈਡ ਵੈਸੇ ਨਾ ਧੂੰਆਂ ਬਹੁਤ ਮਾਰਦਾ। ਹੁਣ ਅੱਗੋਂ ਪਾਉਣਗੇ, ਇੱਕ ਤਾਂ ਇੱਕ ਡਰਾਈਵਰ ਦੀ ਬਾਂਹ ਕੋਈ ਨਹੀਂ ਗਈ, ਹਿੰਮਤ ਇਸ ਬੰਦੇ ਦੀ ਆ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਕੱਢ ਗਈ ਕੱਢ ਗਈ ਕੱਢ ਗਈ ਕੱਢ ਗਈ। ਅੱਛਾ ਦੋਸਤੋ, ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਵੀਡੀਓ ਨੂੰ ਲਾਈਕ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਤੁਹਾਡਾ ਸ਼ੁਕਰੀਆ। ਅੱਗੇ ਵੇਖਦੇ ਕੀ ਬਣਦਾ। ਹੁਣ ਮੇਰੇ ਖਿਆਲ ਦੁਬਾਰਾ ਗੱਡੀ ਸਹੀ ਕੀਤੀ ਹੈ, ਪਹਿਲੇ ਪਰਾਂ ਗਾਹ 'ਚ ਵੜ ਗਈ ਸੀ। ਗੱਲ ਨਹੀਂ ਬਣ ਰਹੀ, ਇੱਕੀ ਮਾਡਲ ਜਿੰਦਾ ਜਿੰਦਾ। ਇਹ ਵੇਖੋ ਦੋਸਤੋ, ਮਤਲਬ ਜਿਹੜਾ ਇਹ ਵਾਲਾ ਜੋੜਾ ਹੈ ਨਾ ਟਰਾਲੀ ਦਾ, ਇਹ ਬਹਿ ਗਿਆ ਇੱਧਰ ਨਮੀ ਦੀ ਵਜ੍ਹਾ। ਇਹ ਖਾਲਾ ਹੈ ਨਾ, ਇੱਥੇ ਪਾਣੀ ਚੱਲਦਾ ਇਸ ਵਜ੍ਹਾ ਤੋਂ। ਇਹ ਵੇਖੋ ਇਹਦੀ ਵਜ੍ਹਾ ਤੋਂ ਨਹੀਂ ਨਿਕਲ ਰਹੀ, ਪਹਿਲੇ ਪਹਿਲੇ ਇੱਥੇ ਫਸੀ ਹੈ। ਵੇਖੋ ਉਹ ਵਾਲਾ ਜੋੜਾ ਥੋੜ੍ਹਾ ਘੱਟ ਫਸਿਆ, ਇੱਧਰ ਆ ਨਮੀ ਦੀ ਵਜ੍ਹਾ ਤੋਂ ਨਾ, ਸੇਮ ਦੀ ਵਜ੍ਹਾ ਤੋਂ ਫਸ ਗਈ।